ਨੇ ਜਾਣ ਤੋਂ ਬਾਅਦ ਧੁੰਦੇ ਹੁਣੀ ਜਦੋਂ ਸਾਡੇ ਕੋਲ ਆਉਣੋਂ ਹਟੇ ਆ, ਉਹਨਾਂ ਦੇ ਵਿੱਚ ਕੀ ਪਰਿਵਰਤਨ ਵਾਪਰਿਆ ਸਾਨੂੰ ਚੰਗੀ ਤਰ੍ਹਾਂ ਦਿਸ ਰਿਹਾ। ਰਾਜ ਸਾਹਿਬ ਦੀ ਵੀਡੀਓ ਮੇਰਾ ਮਹੀਨੇ ਕੁ ਬਾਅਦ ਆ ਗਈ ਸੀ, ਜਾਣੀ ਅਸੀਂ ਨਿਊਜ਼ੀਲੈਂਡ ਬੈਠੇ ਹਾਂ, ਸਾਡੇ ਲਈ ਕਿੰਨਾ ਵੱਡਾ ਖਤਰਾ ਸੀ ਵੀ ਇੱਕ ਜਾਣੀ ਇੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਇਹਨਾਂ ਦੇ ਨਾਲ ਇੱਕ ਇੱਕ ਲੇਲੇ ਵਾਂਗ ਇਹਨਾਂ ਦੇ ਮਗਰ ਮਗਰ ਤੁਰਿਆ ਆਇਆ, ਚਾਹੇ ਗੁਰਬਖਸ਼ ਸਿੰਘ ਵਾਲਾ ਮਾਮਲਾ ਦੇਖ ਲਓ, ਚਾਹੇ ਬਰਗਾੜੀ ਵਾਲਾ ਦੇਖ ਲਓ, ਬਰਗਾੜੀ ਦੇ ਵਿੱਚ ਜਿੰਨੀਆਂ ਵੀਡੀਓ ਆਡੀਓ ਦੇਖਦੇ ਹਾਂ, ਖ਼ਬਰਾਂ ਦੇਖਦੇ, ਉਹ ਚੋਂ ਇੱਕ ਵੀ ਬੰਦਾ ਮੈਂ ਕਹਿੰਦਾ ਬੱਚੇ ਨੂੰ ਵੀ ਮਾਝੀ ਉਹਨਾਂ ਨੂੰ ਪੁੱਛੋ ਤੁਸੀਂ ਤੇ ਸੌ ਖਾ ਕੇ ਦੱਸੋ ਵੀ ਤੁਹਾਡੀ ਕਿਹੜੀ ਕਿਹੜੀ ਗੱਲ ਦੇ ਵਿੱਚ ਢੱਡਰੀਆਂ ਵਾਲੇ ਨੇ ਅੜ ਕੇ ਤੁਹਾਨੂੰ ਕਿਹਾ ਵੀ ਏਦਾਂ ਨੀ ਏਦਾਂ ਕਰੋ। ਉਹ ਬਿਲਕੁਲ ਜਿੱਦਾਂ ਤਾਂ ਕਹਿੰਦੇ ਗਏ ਉਦੋਂ ਉਦਾਂ ਕਰ ਗਏ, ਠੀਕ ਹੈ ਨਾ। ਮਾਝੀ ਦੀ ਤਾਂ ਹਾਂਜੀ, ਮਾਝੀ ਦੀ ਤਾਂ ਨਾ ਇੱਕ ਆਡੀਓ ਸੁਣੀ ਸੀਗੀ ਮੈਂ, ਤੁਸੀਂ ਭੇਜੀ ਸੀ ਮੈਨੂੰ ਲੱਗਦਾ, ਪਤਾ ਨੀ ਜਾਂ ਕਿਸੇ ਹੋਰ ਨੇ ਭੇਜੀ ਸੀ, ਉਹਦੇ ਵਿੱਚ ਜਿਵੇਂ ਗੱਲ ਕਰ ਰਿਹਾ ਨਾ ਉਹ ਮਾਝੀ, ਉਹ ਐ ਲੱਗਦਾ ਜਿਵੇਂ ਭਾਈ ਰਣਜੀਤ ਸਿੰਘ ਬੱਚਾ ਹੁੰਦਾ ਉਹਨਾਂ ਦਾ, ਹਾਂ ਜਦੋਂ ਉਹ ਇਹਨਾਂ ਦੀ ਗੱਲ ਹੋਈ ਸੀ ਨਾ ਜਦੋਂ ਟਕਸਾਲ ਪਤਾ ਨੀ ਅਜਨਾਲ ਆਇਆ ਸੀ ਜਾਂ ਉਦੋਂ ਪਹਿਲਾਂ ਦੀ ਕੋਈ ਗੱਲ ਹੈ ਵੀ ਟਕਸਾਲੀਆਂ ਨਾਲ ਕੋਈ ਗੱਲਬਾਤ ਚੱਲ ਰਹੀ ਸੀ, ਮਾਝੀ ਨੇ ਉਦੋਂ ਜਿਹੜੀ ਲਾਈਵ ਰਿਕਾਰਡਿੰਗ ਵੀ ਕੀਤੀ ਸੀ ਉਹਦੇ ਚ ਕਹਿੰਦਾ ਸੀ ਵੀ ਆਪਾਂ ਹੈਗੇ ਆ ਭਰਾ ਭਰਾ ਟਕਸਾਲੀ ਤੇ ਆਪਾਂ ਵੀ ਇਸ ਤਰ੍ਹਾਂ ਲੜਨਾ ਨੀ ਚਾਹੀਦਾ, ਕਾਰ ਚ ਆਉਂਦਾ ਸੀ ਇੱਕ ਤੋਂ ਦੀਵਾਨ ਲਾ ਕੇ ਵਾਪਸ ਆਉਂਦਾ ਸੀ, ਉਦੋਂ ਆਈ ਸੀਗੀ ਉਹ ਆਡੀਓ ਇਹਦੀ, ਉਦੋਂ ਇਹ ਕਹਿੰਦਾ ਸੀਗਾ ਵੀ ਅਸੀਂ ਭਾਈ ਰਣਜੀਤ ਸਿੰਘ ਨੂੰ ਬਥੇਰਾ ਇਹਨੂੰ ਅਸੀਂ ਕਹਿੰਦੇ ਆ, ਜਾਣੀ ਉਹਦੀ ਭਾਸ਼ਾ ਇਸ ਤਰ੍ਹਾਂ ਸੀ ਤਾਂ ਪਤਾ ਲੱਗਦਾ ਸੀਗਾ ਵੀ ਇਹ ਐਂ ਸਮਝਦੇ ਵੀ ਜਿਵੇਂ ਕੁਛ ਵੀ ਨੀ ਹੁੰਦਾ, ਕਹਿੰਦਾ ਇਹਨੂੰ ਮੈਂ ਵੀਹ ਵਾਰੀ ਕਿਹਾ ਵੀ ਇਸ ਤਰ੍ਹਾਂ ਨਾ ਕਰਿਆ ਕਰ ਵੀ ਅਸੀਂ ਜਿਵੇਂ ਕਹਿੰਦੇ ਆ ਸਾਨੂੰ ਵੱਧ ਪਤਾ, ਅਸੀਂ ਪਹਿਲਾਂ ਕਰਦੇ ਆਏ ਆ ਸਾਰਾ ਕੁਛ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਕਰਿਆ ਕਰ। ਉਹ ਹੁਣ ਉਹਦੇ ਵਿੱਚ ਜਾਣੀ ਸਾਡੇ ਲਈ ਸਾਡੀ ਜਗ੍ਹਾ ਖੜ ਕੇ ਦੇਖੋ ਇੱਕ ਇੱਕ ਜਾਣੀ ਹੁਣ ਇੱਕ ਪਰਸਨੈਲਿਟੀ ਆ ਜਾਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਠੀਕ ਹੈ, ਇੱਕ ਬੰਦਾ ਆ ਜਿਹਦਾ ਅਸੀਂ ਪਹਿਲਾਂ ਤੋਂ ਵਿਰੋਧ ਕਰਦੇ ਆਏ ਹਾਂ, ਉਹ ਬੰਦਾ ਪੰਥਪ੍ਰੀਤ ਧੁੰਦਾ ਤੇ ਇਹਨਾਂ ਦੇ ਸਾਰੇ ਗਰੁੱਪਾਂ ਨਾਲ ਮਾਝੀ ਢਪਾਲੀ ਉਹਨਾਂ ਦੇ ਨਾਲ ਖੜ ਗਿਆ ਜਾ ਕੇ, ਠੀਕ ਹੈ। ਉਹਦੇ ਖੜਨ ਤੋਂ ਬਾਅਦ ਅਸੀਂ ਧੁੰਦੇ ਦਾ ਤੇ ਪੰਥਪ੍ਰੀਤ ਦਾ ਮਾਝੀ ਢਪਾਲੀ ਦਾ ਸਾਰਿਆਂ ਦਾ ਸਵਰੇ ਦਾ ਫੁਕਰੇ ਕਮੀਨੇ ਕਹਿ ਕੇ ਡਟ ਕੇ ਵਿਰੋਧ ਕਰ ਦਿੱਤਾ, ਠੀਕ ਆ। ਉਹ ਵੱਡੀ ਪਰਸਨੈਲਿਟੀ ਆ, ਇਹ ਸਾਰੇ ਪੰਜਾਬ ਚ ਬੈਠੇ ਆ, ਆਪਸੀ ਚ ਕਿੱਦਾਂ ਮਿਲਦੇ ਆ, ਕਿੱਦਾਂ ਗੱਲਬਾਤ ਹੁੰਦੀ ਸਾਨੂੰ ਕੱਖ ਨੀ ਪਤਾ, ਹਨਾ। ਅਸੀਂ ਉਹਦੇ ਵਿਚ ਭਦੂਦੇ ਪੰਥਪ੍ਰੀਤ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਸ਼ਰੇਆਮ, ਸਾਡੇ ਲਈ ਕਿੱਡਾ ਵੱਡਾ ਖਤਰਾ ਸੀ ਉਸ ਵੇਲੇ ਇਹ ਸਟੈਂਡ ਲੈਣਾ ਤੇ ਉਹਦੇ ਟਾਪ ਤੇ ਸਾਰਿਆਂ ਤੋਂ ਜਿਹੜੇ ਬੰਦੇ ਧੁੰਦੇ ਪੰਥਪ੍ਰੀਤ ਦਾ ਵਿਰੋਧ ਕਰਦੇ। ਇੱਥੇ ਮੈਨੂੰ ਯਾਦ ਆ ਯਾਦਵਿੰਦਰ ਸਿੰਘ, ਸਾਡੇ ਨਾ ਪ੍ਰੋਗਰਾਮਾਂ ਦੇ ਵਿਚ ਬਰਗਾੜੀ ਕਾਂਡ ਤੋਂ ਬਾਅਦ ਦੀ ਗੱਲ ਆ, ਜਦੋਂ ਏਕਤਾ ਹੋ ਗਈ ਸੀ ਤੇ ਭੋਗ ਪੈ ਗਿਆ ਸੀ, ਮੈਂ ਡੇਟ ਲੱਭ ਲਊਂਗਾ, ਪ੍ਰੋਗਰਾਮ ਮੈਂ ਲੱਭ ਦਿੰਦਾ, ਦਿਨ ਸੀਗਾ ਬੁੱਧਵਾਰ, ਮੈਂ ਪ੍ਰੋਗਰਾਮ ਸਿੱਖ ਪਾਤਸ਼ਾਹੀ ਕਰਦਾ ਹੁੰਦਾ ਸੀ ਤੇ ਪੰਜਾਂ ਚੋਂ ਇੱਕ ਜਣਾ ਨਾਲ ਮੇਰੇ ਆਉਂਦਾ ਸੀ। ਪ੍ਰੋਗਰਾਮ ਹੁਣ ਤੋਂ ਥੋੜੇ ਘੰਟੇ ਪਹਿਲਾਂ ਮੈਂ ਫੋਨ ਕਰ ਦਿੱਤਾ, ਮੈਂ ਕਿਹਾ ਭਾਈ ਅੱਜ ਤੂੰ ਪ੍ਰੋਗਰਾਮ ਤੇ ਨਾ ਆਈ, ਕੀ ਗੱਲ ਹੈ, ਕੀ ਗੱਲ, ਮੈਂ ਕਿਹਾ ਭਾਈ ਅੱਜ ਮੈਂ ਬਰਗਾੜੀ ਵਾਲੇ ਗੱਲ ਕਰਨੀ ਆ, ਫਿਰ ਤਾਂ ਕੀ ਹੋ ਗਿਆ, ਫਿਰ ਮੈਂ ਕਿਹਾ ਨਹੀਂ ਤੇ ਤੂੰ ਹੰਗਾਰਾ ਨੀ ਭਰਿਆ ਜਾਣਾ, ਮੈਂ ਮੰਜੀ ਠੋਕਣੀ ਆ ਧੁੰਦੇ ਜੀ ਤਾਂ ਪੰਥਪ੍ਰੀਤ ਦੀ, ਉਹ ਪ੍ਰੋਗਰਾਮ ਮੈਂ ਕੱਢ ਕੇ ਤੁਹਾਨੂੰ ਯਾਦਵਿੰਦਰ ਭੇਜੂਗਾ, ਸੁਣ ਕੇ ਦੇਖਿਓ ਜਾਣੀ, ਕਿਉਂਕਿ ਮੈਨੂੰ ਗੁੱਸਾ ਸੀ, ਮੈਨੂੰ ਦੀਦਾ ਸੀ ਤੇ ਕਰ ਕੀ ਗਏ ਆ, ਠੀਕ ਹੈ। ਮੈਂ ਚਾਹੁੰਦਾ ਨਹੀਂ ਸੀ ਵੀ ਇੱਥੇ ਵਿੱਚ ਬਿਠਾ ਕੇ ਸਟੂਡੀਓ ਦੇ ਵਿੱਚ ਬੰਦੇ ਤੋਂ ਮੈਂ ਆਰਗੂਮੈਂਟ ਕਰਵਾਵਾਂ, ਠੀਕ ਹੈ। ਤੇ ਉਹ ਬੁੱਧਵਾਰ ਲੰਘਿਆ ਤੇ ਵੀਰਵਾਰ ਸਵੇਰੇ ਬਾਕੀ ਬੰਦਿਆਂ ਨੂੰ ਮੈਸੇਜ ਚੱਲ ਗਏ, ਇਹ ਜਿਹੜੇ ਬੰਦੇ ਇਹ ਗੱਲਾਂ ਮਾਰਦੇ ਨਾ ਵੀ ਇੱਥੇ ਆਹ ਹੁੰਦਾ ਸੀ, ਅੰਦਰ ਆਹ ਹੁੰਦਾ ਸੀ, ਪੈਸੇ ਖਾ ਗਏ, ਖਾ ਗਿਆ 45,000 ਦਿੱਤਾ, ਇੱਕ ਗੱਲ ਆ ਸਰੋਤਿਆਂ ਨੂੰ, ਉਹ ਪੁੱਛਿਓ ਇਹਨੂੰ ਉਹ ਖੋਤਿਆ ਤੇਰੀ ਤੀਵੀ ਨੇ ਹਰਨੇਕ ਦੇ ਕੋਲ ਸਾਈਨ ਕਾਹਦੇ ਕਰਕੇ ਦਿੱਤੇ ਸੀ, ਉਹ ਕਿਹੜੇ ਪੇਪਰ ਆ ਜਿਹ ਚ ਤੇਰੀ ਵੋਟੀ ਨੇ ਸਾਈਨ ਕਰਕੇ ਦਿੱਤੀ, ਉਹ ਆਜਾ ਜਰਾ ਰੇਡੀਓ ਤੇ ਆਉਣੇ ਰਾਜਾ ਦੱਸਾਂ, ਚੱਪਣੀ ਰੱਖ ਲਿਓ ਕੋਲ, ਪਾਣੀ ਦੀ ਭਰ ਲਿਓ ਤੇ ਨੱਕ ਰੱਖਿਓ ਤਿਆਰ ਡੁੱਬਣ ਲਈ, ਤੇਰਾ 45,000 ਕੱਢਾ, $45 ਵੀ ਨਿਕਲਿਆ ਏ, ਤੇਰਾ $75,000-$80,000 ਅਸੀਂ ਕੱਢਾਂਗੇ ਹਿਸਾਬ ਦਾ, ਆਜਾ ਕਰ ਗੱਲ ਜਰਾ ਸਾਡੀ ਨਾਲ, ਡੀਗਾਂ ਮਰੀ ਜਾਂਦੇ ਆ ਬਸ ਜਾਣੀ ਜਿੱਥੇ ਜਿੱਥੇ ਜੀ। ਮੈਂ ਤਾਂ ਸੁਣਦਾ ਸੁਪਨਿਆਂ ਦੀ ਜ਼ਿੰਦਗੀ ਕੱਢਦੇ ਆ,
ਇਦਾਂ ਇਹ ਜ਼ਿੰਦਗੀ ਕੱਢਦੇ ਆ ਜਿਦਾਂ ਦੁਨੀਆਂ ਦੇ ਇਕੱਲੇ ਸੀਗੇ ਬਾਕੀ ਸਾਰੇ ਫਰੀਜ ਹੋਏ ਹੋਏ ਸੀਗੇ ਵੀ ਇਕੱਲਿਆਂ ਨੇ ਪਾਸਟ ਹਟਾ ਲਿਆ ਹੁਣ ਜਿਵੇਂ ਮਰਜ਼ੀ ਦੱਸ ਦਈਏ ਬਾਕੀ ਤਾਂ ਫਰੀਜ ਸੀ ਨਾ ਸਾਰੇ ਬੰਦੇ ਮੇਰਾ ਦਿਮਾਗ ਕੰਮ ਕਰਦਾ ਸੀਗਾ ਯਾਰ ਅਸੀਂ ਜਿਉਂਦੇ ਜਾਗਦੇ ਨਾਲ ਤੁਰੇ ਫਿਰਦੇ ਆ ਸਾਰਾ ਕੁਛ ਹੋਇਆ ਇੱਥੇ 50 ਬੰਦੇ ਇਨਵੋਲਵ ਹੈ ਸਾਰੀ ਗੱਲਾਂ ਦੇ ਵਿੱਚ ਜਿਹਨੂੰ ABC ਵੀ ਨੀ ਪਤਾ ਯਾਦਵਿੰਦਰ ਜਿਹਨੂੰ ABC ਵੀ ਨੀ ਪਤਾ ਸੰਸਥਾ ਦੀ ਉਹ ਬੰਦਾ ਕਿੱਦਾਂ ਕਹਿ ਸਕਦਾ ਉੱਥੇ ਕੀ ਹੋਇਆ ਆ ਸ਼ਰਮ ਹੀ ਲਾਤੀ ਜਾਣੀ ਸ਼ਰਮ ਹੀ ਲਾਤੀ ਹੁਣ ਇਹ ਮੈਨੂੰ ਨਾ ਇਹਨਾਂ ਤੋਂ ਵੱਧ ਗੁੱਸਾ ਪੰਥ ਪ੍ਰੀਤ ਤਾਂ ਧੁੰਦੇ ਦੀ ਕਮਿਊਨਿਟੀ ਤੇ ਤਾਂ ਆਇਆ ਮੈਂ ਵਾਰ ਵਾਰ ਕਹਿੰਦਾ ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਨਾ ਵੀ ਧੁੰਦਾ ਇਹਨਾਂ ਗੱਲਾਂ ਚ ਇਨਵੋਲਵ ਨੀ ਹੈਗਾ ਉਹਨੂੰ ਪਤਾ ਨੀ ਹੈਗਾ ਉਹ ਤੋਂ ਵੱਡਾ ਕਮੀਣਾ ਕੋਈ ਨੀ ਹੋਣਾ ਮੇਰੇ ਕੋਲ ਸਬੂਤ ਪਏ ਆ ਧੁੰਦੇ ਦੇ ਧੁੰਦਾ ਜੇ ਕਿਸੇ ਨੂੰ ਕਹਿ ਰਿਹਾ ਉਹਨੂੰ ਸੁਨੇਹਾ ਦੇ ਦਿਓ ਤਾਂ ਕਹਾ ਬਿਸ਼ਰਮਾ ਜਿਹੜੀਆਂ ਤੂੰ ਗੱਲਾਂ ਕੀਤੀਆਂ ਤੇਰੀਆਂ ਰਿਕਾਰਡਡ ਪਈਆਂ ਆ ਨਾ ਬਕਵਾਸ ਕਰੀ ਜਾ ਤੂੰ ਕਥਾ ਕਰ ਰਿਹਾ ਤੇਰੀ ਇੱਜ਼ਤ ਚਾਹੀਦੀ ਆ ਚੁੱਪ ਰਹਿ ਇਹਨਾਂ ਗੱਲਾਂ ਤੇ ਜਾ ਕੇ ਜਵਾਬ ਦੇ ਇਹਨਾਂ ਗੱਲ ਕਹਿ ਤੇ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨੀ ਹੈਗਾ ਸਾਰਾ ਕੁਝ ਰਿਕਾਰਡਡ ਪਿਆ ਤੇਰਾ ਸੰਭਲ ਕੇ ਚੱਲ ਜਰਾ ਜਿਹੜੀ ਸਟੇਟਮੈਂਟ ਦੇਣੀ ਹੈ ਇਹੋ ਜਿਹੇ ਬੰਦੇ ਦਾ ਤਾਂ 10,000 ਡੁੱਬ ਜੇ ਜਿਹੜੇ ਹਿਸਾਬ ਨਾਲ ਇਹਦਾ ਰੋਣ ਦਾ ਸੁਭਾਅ ਹੈ ਤਾਂ ਇਹੋ ਜਿਹੇ ਬੰਦੇ ਦਾ 5-10,000 ਮਰ ਜੇ ਕਿਤੇ ਰੋ ਰੋ ਕੇ ਮਰ ਕਿੰਨਾ ਕਿੰਨਾ ਉਹ ਯਾਰ $200 ਦੀ ਖਾਤਰ ਕੋਰਟ ਨੂੰ ਦੌੜ ਜਾਂਦਾ ਬੰਦਾ ਇਹ ਠੀਕ ਹੈ ਤਾਂ ਹੀ ਤਾਂ ਮੈਂ ਕਹਿੰਦਾ ਇੱਕ ਵਾਰੀ ਆਵੇ ਤਾਂ ਸਹੀ ਮੈਂ ਪੁੱਛ ਲਵਾਂ ਚਾਰ ਗੱਲਾਂ ਹਾਂਜੀ ਹਾਂਜੀ $10,000 $10,000 ਤਾਂ ਇਕੱਠਾ ਦੇਖਿਆ ਵੀ ਨੀ ਹੁੰਦਾ ਠੀਕ ਹੈ ਜੀ ਤਾਂ ਹੀ ਤਾਂ ਕਹਿੰਦੇ ਆ ਨਾ ਵੀ ਸਧਾਰਨ ਕੱਪੜੇ ਪਾਉਣੇ ਚਾਹੀਦੇ ਆ ਕਿਉਂਕਿ ਆਪ ਸਧਾਰਨ ਪਾਉਂਦੇ ਆ ਇੱਕ ਪੈਂਟ ਕਮੀਜ਼ 10 ਸਾਲ ਕੱਢਤੇ ਅਗਲੇ ਯਾਰ ਜਿਹੜਾ ਬੰਦਾ 60-65 ਘੰਟੇ ਕੰਮ ਕਰਦਾ ਉਹ ਭਰਾਵਾਂ ਪਾਵਾ 3 ਵਰੀਆਂ ਦੇ ਬਦਲੇ ਆ ਕੋਟ ਪੈਂਟ ਪਾਵੇ ਐਨਕਾਂ ਲਾਵੇ ਤੁਹਾਨੂੰ ਕਿਸੇ ਨੂੰ ਕੀ ਟੈਨਸ਼ਨ ਹੈ ਨਹੀਂ ਨਾਲੇ ਸਾਨੂੰ ਦੇਖੋ ਹੁਣ ਰੇਡੀਓ ਦੇ ਉੱਤੇ ਦੇਖੋ ਕਿੰਨੇ ਬੰਦੇ ਆ ਜਿਹੜੇ ਇਦਾਂ ਕੋਟ ਪੈਂਟਾਂ ਨੂੰ ਜਾਂ ਕਮੀਜ਼ ਪਜਾਮਿਆਂ ਨੂੰ ਹੁਣ ਕਮੀਜ਼ ਪਜਾਮਾ ਬਣਿਆ ਬਣਾਇਆ ਆਉਂਦਾ ਠੀਕ ਹੈ ਤੇ ਨਾਲ ਜੁੱਤੀ ਨਾਲ ਜੈਕਟ ਇੱਦਾਂ ਹੁਣ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਗਿਫਟ ਪਤਾ ਕਿੰਨੇ ਸਰੋਤ ਕਿੰਨੇ ਚੌਦੇ ਕਿੰਨੀਆਂ ਗਿਫਟਾਂ ਘੱਲਦੇ ਕੀ ਕਰੀਏ ਪਾਉਣੀ ਆ ਅਗਲੇ ਨੇ ਘੱਲਿਆ ਪਿਆਰ ਨਾਲ ਤੇ ਪਾ ਕੇ ਹੰਢਾ ਕੇ ਦੇਖਣਾ ਹੀ ਆ ਪਿੰਡੇ ਨਾਲ ਲਾ ਕੇ ਅਗਲੇ ਕਹਿਣਗੇ ਲੈ ਅਸੀਂ ਭੇਜਿਆ ਪਾਇਆ ਨੀ ਗਾ ਤੇ ਪਾਉਣੇ ਤਾਂ ਪੈਂਦੇ ਭਾਈ ਫਿਰ ਫੋਟੋ ਵੀ ਖਿਚਾ ਕੇ ਭੇਜਣੀ ਪੈਂਦੀ ਹੈ ਵੀ ਭਾਈ ਤੁਸੀਂ ਭੇਜਿਆ ਤੁਹਾਡਾ ਮਾਨ ਰੱਖਿਆ ਇੱਦਾਂ ਕਰਕੇ ਨਾਲ ਇਹ ਤਾਂ ਨਾ ਜਦੋਂ ਗੱਲ ਕਰਦੇ ਮੈਨੂੰ ਔਕਾਤ ਜਿਹੜੀ ਕਿਉਂਕਿ ਇੱਥੇ ਮੇਰੇ ਸਾਡੇ ਕੋਲ ਤਾਂ 3-4 ਸਾਲ ਰਹਿ ਕੇ ਗਏ ਵਰਤ ਕੇ ਗਈ ਆ ਠੀਕ ਹੈ ਮੈਨੂੰ ਤਾਂ ਔਕਾਤ ਦਿਸ ਪੈਂਦੀ ਹੈ ਤਾਂ ਕਿੰਨੇ ਵਾਲੀ ਆ ਇਹਨਾਂ ਦੀ ਔਕਾਤ ਜਾਣੀ ਕਿਹੜੀਆਂ ਗੱਲਾਂ ਕਰਦੇ ਆ ਕੱਪੜੇ ਪਾਏ ਵੀ ਫਿਰ ਪਰਸਨੈਲਿਟੀ ਵੀ ਉਹ ਜੀ ਚਾਹੀਦੀ ਹੈ ਨਾ ਕੱਲੇ ਕੱਪੜੇ ਕੀ ਕਰਨਗੇ ਜੀ ਹੁਣ ਭਾਈ ਰਣਜੀਤ ਸਿੰਘ ਵਾਲੇ ਜੇ ਇਹਦੇ ਫਾਇਦੇ ਪਾਉਣੇ ਇਹਨਾਂ ਨੂੰ ਕਹੋ ਤਾਂ ਲਾਲ ਸ਼ੋਲ ਲੈ ਕੇ ਨਾ ਉਹਦੀ ਟੇਢੀ ਬੁੱਕਲ ਮਾਰ ਕੇ ਰਾਤ ਦੇ ਦੀਵਾਨ ਚ ਸੀਗੀ ਲੰਘੀ ਸਟੇਜ ਦੇ ਮੋਹਰੇ ਹੋ ਜਾਣਾ ਬੰਦੇ ਮਤਲਬ ਆਪਣੇ ਆਪ ਦੇ ਵਿਚ ਇੰਨੇ ਕਮੀਣੇ ਆ ਤੁਸੀਂ ਸੁਣ ਸੁਣ ਕੇ ਹੈਰਾਨ ਹੁੰਦਾ ਬੰਦਾ ਆਪਣੇ ਆਪ ਯਾਰ ਆਹ ਗੱਲਾਂ ਜੇ ਤੂੰ ਕਿਸੇ ਬਾਰੇ ਇਲਜ਼ਾਮ ਲਾਉਂਦੇ ਆ ਅੱਛਾ ਅਗਲਾ ਮੈਂ ਤਾਂ ਕਦੇ ਕਿਹਾ ਹੀ ਨਹੀਂ ਹੈਰਾਨ ਗੱਲ ਤੋਂ ਜਿਹੜੀ ਮਿਰਤੇ ਲਾਈ ਜਾਂਦੇ ਕਰਕੇ ਇਹਨਾਂ ਬੰਦਿਆਂ ਨੇ ਆਪਣੇ ਆਪ ਦੇ ਵਿਚ ਅਲਿਊਜ਼ਨ ਬਣਾਇਆ ਕਿ ਸਾਰੇ ਕਮੀਣੇ ਇਕੱਠੇ ਹੋਏ ਆ ਸਭ ਨੂੰ ਪਤਾ ਹੈ ਇਹਨਾਂ ਦੀ ਆਪਸ ਦੇ ਵਿਚ ਟਕੁੱਤੇ ਦਾ ਵਿਆਰ ਸੀਗਾ ਇੱਥੇ ਜਦੋਂ ਸੀਗੇ ਹੁਣ ਵੀ ਇੱਦਾਂ ਹੀ ਆ ਕੋਈ ਸੱਕਾ ਨੀ ਇਹ ਬੰਦੇ ਨੀ ਸੱਕੇ ਉਹ ਤਾਂ ਸਿਰਫ ਇੱਦਾਂ ਵੀ ਸਾਰਿਆਂ ਦੇ ਸਿੰਘ ਆ ਬਸ ਸਿਰਾਂ ਤੇ ਬਸ ਉਹ ਦਿਖੀ ਜਾਂਦੇ ਜੇ ਕੋਈ ਬੰਦਾ ਇਹ ਕਹੇ ਨਾ ਵੀ ਪੰਥ ਪ੍ਰੀਤ ਜਾਂ ਧੁੰਦਾ ਇਹਨਾਂ ਦਾ ਕੋਈ ਸਵਾਰ ਦੁਗੀ ਜਾਈ ਉਹਨਾਂ ਦਾ ਗੋਲਡੀ ਹੋਣੀ ਵੀ ਇੱਦਾਂ ਹੀ ਆ ਉਹ ਜੇ ਆਪਣੇ ਨਾ ਜਿੱਦਾਂ ਹੁਣ ਤਰੱਕ ਆ ਕਿਸੇ ਦਾ ਸਟੋਰ ਆ ਉਹ ਚੋਂ ਪੈਸੇ ਕੱਢੇ ਉਹ ਦਸਵੰਧ ਦੇ ਉਹ ਧੁੰਦੇ ਹੁਣ ਉਹਦੇ ਲਾਉਂਦੇ ਆ ਉਹਦੇ ਚ ਉਹਨਾਂ ਦਾ ਆਪਣਾ ਮਕਸਦ ਆ ਕੌਮ ਦੀ ਭਲਾਈ ਲਈ ਥੋੜਾ ਫਿਕਰ ਪਿਆ ਉਹਨਾਂ ਕੋਲ ਆਈ ਕਿ ਇਹ ਖਾਨਾ ਹੀ ਹੈ ਨੀ ਉਹਨਾਂ ਦੇ ਦਿਮਾਗ ਵਿਚ ਤੇ ਕੌਮੀ ਸੰਕਲਪ ਹੁੰਦਾ ਕੀ ਆ ਆਪਣੀ ਥਾਂ ਬਣਾਉਣ ਵਾਸਤੇ ਆ ਜਿੰਨਾ ਵੀ ਹੈਗਾ ਬਸ ਵੀ ਮੇਰੀ ਥਾਂ ਬਣੀ ਰਵੇ ਜੇ ਹੁਣ ਧੁੰਦੇ ਦੇ ਉੱਤੇ ਪੈਸੇ ਲਾਉਂਦੇ ਆ ਤਾਂ ਧੁੰਦਾ ਆ ਕੇ ਨਾਲ ਫੋਟੋ ਵੀ ਤਾਂ ਖਿਚਾਉਂਦਾ ਨਾ ਪੈਸੇ ਇੰਡੀਆ ਤੋਂ ਲੈਣ ਦੇਣ ਹੋ ਰਿਹਾ ਪੈਸਿਆਂ ਦਾ ਜਿਹੜੇ ਬੰਦੇ ਪੁਰਾਣੇ ਬੈਠੇ ਆ ਇੰਡੀਆ ਹੁਣ ਜ਼ਮੀਨਾਂ ਪੈਸੇ ਮੰਗਾਉਣੇ ਉੱਥੋਂ ਬਸ ਵੀ ਉਹ ਇੱਦਾਂ